ਜੰਡਿਆਲਾ ਗੁਰੂ ਦੇ ਵਿੱਚ ਹੋਏ ਕਤਲ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ। ਦੱਸ ਦਈਏ ਕਿ ਹੁਣ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਕਿਹਾ ਜਾ ਰਿਹਾ ਕਿ ਜੋ ਮੁੱਖ ਮੁਲਜ਼ਮ ਸੀ ਰਮਿਤ ਯਾਦਵ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ, ਅਤੇ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਚੰਦਨ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਚੰਦਨ ਨੇ ਹੀ ਪਹਿਲਾਂ ਰੇਕੀ ਕੀਤੀ ਹੈ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਆਖਿਰ ਵਾਰਦਾਤ ਕੀ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਜੰਡਿਆਲਾ ਗੁਰੂ ਦੇ ਵਿੱਚ ਸਰੇ ਬਾਜ਼ਾਰ ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਕਿ ਉਹ ਦੁਕਾਨਦਾਰ ਸੀ, ਅਤੇ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਿਹੜਾ ਦੁਕਾਨਦਾਰ ਸੀ ਉਸਦੇ ਬੇਟੇ ਨੂੰ ਗੋਲੀਆਂ ਮਾਰਨ ਦੇ ਲਈ ਕੁਝ ਬਦਮਾਸ਼ ਉੱਥੇ ਪਹੁੰਚਦੇ ਨੇ, ਪਰ ਪਿਤਾ ਉਸਦੇ ਵਿੱਚ ਜਾ ਕੇ ਖੜਾ ਹੋ ਜਾਂਦਾ ਅਤੇ ਪਿਤਾ ਦੇ ਗੋਲੀ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਵੀ ਭਾਰੀ ਰੋਸ ਸੀ, ਅਤੇ ਅਗਲੇ ਦਿਨ ਦੁਕਾਨਾਂ ਨੂੰ ਬੰਦ ਕਰਕੇ ਇਨਸਾਫ ਦੀ ਗੁਹਾਰ ਪੁਲਿਸ ਪ੍ਰਸ਼ਾਸਨ ਦੇ ਅੱਗੇ ਲਗਾਈ ਗਈ ਸੀ। ਤਾਂ ਦੱਸ ਦਈਏ ਕਿ ਪਹਿਲਾਂ ਪੁਲਿਸ ਨੇ ਇੱਕ ਚੰਦਨ ਨਾਂ ਦੇ ਸ਼ਖਸ ਨੂੰ ਕਾਬੂ ਕੀਤਾ ਸੀ, ਜਿਸ ਦੇ ਉੱਤੇ ਰੇਕੀ ਕਰਨ ਦੇ ਇਲਜ਼ਾਮ ਸਨ, ਅਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਰਮਿਤ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ। ਕਿਹਾ ਜਾ ਰਿਹਾ ਕਿ ਇਸ ਦੇ ਵੱਲੋਂ ਹੀ ਗੋਲੀ ਚਲਾਈ ਗਈ ਸੀ, ਅਤੇ ਵਾਰਦਾਤ ਦੇ ਵਿੱਚ ਵਰਤਿਆ ਪਿਸਤੌਲ ਵੀ ਪੁਲਿਸ ਨੇ ਬਰਾਮਦ ਕਰ ਲਿਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 6 ਦੋਸ਼ੀਆਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ। ਫਿਲਹਾਲ 2 ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ, ਅਤੇ ਜਲਦ ਹੀ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਬਾਕੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਹੜਾ ਸਾਡਾ ਮੁਕੱਦਮਾ ਨੰਬਰ 314 ਦਰਜ ਹੋਇਆ ਸੀ 16/12/23 ਅੰਡਰ ਸੈਕਸ਼ਨ 302 307 148 IPC ਦੇ ਤਹਿਤ ਥਾਣਾ ਜੰਡਿਆਲਾ ਗੁਰੂ ਵਿਖੇ, ਜਿਹਦੇ 'ਚ ਲਛਮਣ ਦਾਸ ਸਬਜ਼ੀ ਵਿਕਰੇਤਾ ਦਾ ਕਤਲ ਹੋਇਆ ਸੀ, ਅਤੇ ਉਹਨਾਂ ਦੇ 2 ਬੇਟੇ ਜ਼ਖਮੀ ਹੋਏ ਸੀ। ਉਹਦੇ ਸੰਬੰਧ 'ਚ ਇੱਕ ਦੋਸ਼ੀ ਚੰਦਨ ਕੁਮਾਰ ਪਹਿਲਾਂ ਹੀ ਸਾਡੀ ਪੁਲਿਸ ਕਸਟਡੀ 'ਚ ਹੋ ਗਿਆ ਸੀ, ਉਹ ਅੱਜ ਕੱਲ੍ਹ ਜੁਡੀਸ਼ੀਅਲ ਕਸਟਡੀ 'ਚ ਹੈ। ਇਹਦੇ ਜਿਹੜਾ ਰਮਿਤ ਯਾਦਵ ਮੇਨ ਪ੍ਰਾਈਮ ਅਕਿਊਜ਼ ਸੀ ਮੁਕੱਦਮੇ ਦਾ, ਇਹਦੇ ਵੱਖ ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ, ਜਿਹਦੇ ਪ੍ਰੋਪਰ ਦਬਾਅ ਦੇ ਤਹਿਤ ਮੁੜ ਗਏ ਨੇ। ਕੱਲ੍ਹ ਸ਼ਾਮੀ ਸਾਡੀ ਜਿਹੜੀ ਇਲਾਕਾ ਮੈਜਿਸਟਰੇਟ ਦੀ ਕੋਰਟ ਆ ਉੱਥੇ ਸਰੈਂਡਰ ਕੀਤਾ। ਸਰੈਂਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋਰੋਲੀ ਆਪਾਂ ਪੁੱਛਗਿੱਛ ਕੀਤੀ ਆ, ਅਤੇ ਜਿਹੜਾ ਵਾਰਦਾਤ 'ਚ ਵਰਤਿਆ ਪਿਸਟਲ ਆ ਉਹ ਇਹਨਾਂ ਨੇ ਰਿਕਵਰ ਕਰਵਾਇਆ, ਅਤੇ ਅੱਗੇ ਫਰਦਰ ਜਿਹੜੀ ਤਫਤੀਸ਼ ਦੀ ਜਾ ਰਹੀ ਆ। ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈਗੇ? ਉਹ ਇੱਕ ਦਰਜ ਮੁਕੱਦਮਾ ਦਰਜ ਹੈ, ਬਟ ਬਾਕੀ ਅਜੇ ਅਸੀਂ ਅਲੱਗ ਅਲੱਗ ਥਾਣਿਆਂ ਤੋਂ ਵੀ ਇਹਦਾ, ਕਿਉਂਕਿ ਸੁਲਤਾਨਵਿੰਡ ਏਰੀਆ ਜਿਹਦਾ ਘਰ ਹੈ ਜਿੱਥੋਂ ਇਹਦਾ ਹੋਮ ਥਾਣਾ ਹੈ, ਉੱਥੋਂ ਵੀ ਅਸੀਂ ਪਤਾ ਕਰਵਾ ਰਹੇ ਹਾਂ, ਪਤਾ ਲੱਗ ਜੂਗਾ। ਇਸ ਕੇਸ ਵਿੱਚ ਕਿੰਨੇ ਇਨਵੋਲਵ ਹੋਗੇ ਜੀ ਬੰਦੇ? 22 ਨੇਮ ਅਤੇ 6 ਦਰਜ ਆ ਜੀ, ਬਾਕੀ ਕੁਛ ਅਣਪਛਾਤੇ ਵੀ ਆ। ਇਹ ਥੋੜ੍ਹਾ ਪਾਰਟ ਆਫ ਇਨਵੈਸਟੀਗੇਸ਼ਨ ਆ, ਇਹ ਮੈਂ ਨਾਮ ਨਹੀਂ ਦੱਸ ਸਕਦਾ ਤੁਹਾਨੂੰ ਜੀ। ਇਹਦਾ ਕੀ ਰੋਲ ਸੀਗਾ ਜਿਹੜਾ ਫੜਿਆ? ਜਿਹੜਾ ਮੇਨ ਇਹੀ ਤਾਂ ਹੈਗਾ, ਜਿਹਦਾ ਕਲੇਸ਼ ਸੀਗਾ ਉਹਦੇ ਨਾਲ ਚਮਨ ਲਾਲ ਦੇ ਨਾਲ ਲੜਾਈ ਝਗੜਾ ਸਾਰਾ ਰੂਮ ਵਿੱਚ ਜਾਦੇ ਹੁੰਦਾ ਸੀਗਾ, ਇਹੀ ਮੁੰਡੇ ਇਕੱਠੇ ਕਰਕੇ ਲੈ ਗਿਆ ਜਿਹਨਾਂ ਨੇ ਫਾਇਰਿੰਗ ਕੀਤੀ ਆ। ਇਹ ਫਾਇਰ ਵੀ ਇਹਨੇ, ਹਾਂਜੀ, ਇਹ ਪਿਸਤੌਲ ਲਾਇਸੈਂਸੀ ਹੈ ਕਿ ਨਹੀਂ ਜੀ? ਗੈਰ ਕਾਨੂੰਨੀ ਆ, ਲੀਗਲ ਵੈਪਨ। ਗੋਲੀ ਇਸ ਪਿਸਤੌਲ ਨੇ ਕਿੱਥੋਂ ਲਿਆ ਸੀ? ਇਹਦਾ ਯੂਪੀ ਤੋਂ ਲੈ ਕੇ ਆਉਂਦਾ ਜੀ। ਇਹਦੇ ਪਿਸਤੌਲ ਦੇ ਵਿੱਚ ਕੋਈ ਜ਼ਿੰਦਾ ਰੌਂਗ ਵੀ ਬਰਾਮਦ ਕੀਤਾ? 2 ਬਰਾਮਦ ਆ ਜ਼ਿੰਦਾ, ਬਾਕੀ 3 ਚਲਾਏ ਵੀ ਉੱਥੇ ਜਿਹਨਾਂ ਦੇ ਖੋਲ ਦੇ, ਇਹ ਰੰਜਨ ਸਿੰਘ ਲੈਬ ਤੋਂ ਮੈਚ ਵੀ ਕਰਾਉਂਦੇ ਆ। ਤੇ ਮੁੰਡੇ ਦੀ ਤਫਤੀਸ਼ ਕੀ ਸਾਹਮਣੇ ਆ ਜੀ? ਜਾਤੀ ਰੰਜਨ ਸ਼ਾਹ ਦੋਨਾਂ ਦੀ, ਚਮਨ ਲਾਲ ਦੀ ਅਤੇ ਇਹਨਾਂ ਦੀ ਆਪਸ ਵਿੱਚ ਜਾਤੀ ਰੰਜਨ ਸਾਹਿਬ। ਕੋਈ ਗੱਡੀ ਜਦੋਂ ਖੜ ਜਾਂਦੀ ਇਹਨਾਂ ਦੇ ਜਿੱਥੇ ਇਹਨਾਂ ਦੀ ਸਬਜ਼ੀ ਵਾਲੀ ਰੇਹੜੀ ਲੱਗਦੀ ਆ, ਉੱਤੋਂ ਇੱਕ ਦੂਜੇ ਤੋਂ ਦੂਗੂ ਮੈਮ ਹੈ, ਫਿਰ ਇੱਕ ਦੂਜੇ ਦਾ ਬਸ। ਰੈਕੀ ਕਰਨ ਵਾਲੇ ਦੇ ਵਿੱਚ ਕੋਈ ਹੋਰ ਵੀ ਸਾਹਮਣੇ ਆਏ ਸੀ ਨਾ, ਉਹਨਾਂ ਬਾਰੇ ਕੁਛ ਹੋ ਰਿਹਾ ਜੀ? ਸਾਰਾ ਕੁਛ ਹੋ ਰਿਹਾ ਜੀ, ਜਿਹੜਾ ਜਿਹਦਾ ਜੋ ਜੋ ਰੋਲ ਹੈ ਜੀ ਉਹਦੇ ਮੁਤਾਬਕ ਉਹਦੀ ਅਰੈਸਟ ਹੋਊਗੀ, ਕੋਈ ਵੀ ਨਹੀਂ ਬਖਸ਼ਿਆ ਜਾਊਗਾ। ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਹੋਇਆ ਸਾਹਮਣੇ ਜਿਹੜੇ ਇਸ ਤੋਂ ਪਹਿਲਾਂ? ਉਹਨਾਂ ਦੇ ਜਿਹੜੇ ਜਿਹੜੇ ਕਤਲਾਂ ਦੇ ਜਿਹੜੇ ਜਿਹੜੇ ਅਕਿਊਜ਼ ਆ ਜੀ,
ਇੱਕ ਅੱਧਾ ਛੱਡ ਕੇ ਬਾਕੀ ਸਾਰਿਆਂ ਦੀ ਅਰੈਸਟ ਪਈ ਹੈ, ਜਿਹੜੇ ਕੋਈ ਰਹਿੰਦੇ ਆ ਉਹ ਵੀ ਜਲਦੀ ਫੜੇ ਜਾਣਗੇ।